ਸੇਵਾ ਵਾਹਿਨੀ ਦੀ ਟੀਮ ਅੱਜ ਅੰਮ੍ਰਿਤਸਰ ਪ੍ਰੈਸ ਕਲੱਬ 'ਚ ਪਹੁੰਚੀ ਹੈ। ਇੱਥੇ ਉਹਨਾਂ ਨੇ ਪਦਾਧਿਕਾਰੀਆਂ ਦੀ ਨਿਯੁਕਤੀ ਵੀ ਕੀਤੀ ਹੈ। ਪੂਰੇ ਪੰਜਾਬ ਦੇ ਵਿੱਚ ਪਦਾਧਿਕਾਰੀ ਨਿਯੁਕਤ ਕੀਤੇ ਨੇ। ਰਾਸ਼ਟਰੀ ਅਧਿਅਕਸ਼ ਸਾਡੇ ਨਾਲ ਨੇ। ਸਰ, ਹਿੰਦੂ ਵਾਹਿਨੀ ਅਭੀ ਪੰਜਾਬ ਮੇ ਨਹੀਂ ਐਂਟਰ ਹੋਈ ਹੈ, ਇਸਕੋ ਪੰਜਾਬ ਮੇ ਕਿਤਨਾ ਪ੍ਰਦੇਸ਼ ਹੋ ਜਾਏ, ਕੌਨ ਸਾ ਪ੍ਰਦੇਸ਼ ਹੋਗਾ ਕਿ ਆਪਨੇ ਅਭੀ ਤੱਕ ਕੌਨ ਕਿਤਨੇ ਪ੍ਰਦੇਸ਼ ਹੋਰ ਕਰ ਲਿਆ? ਤਕ ਹਮ 14 ਪ੍ਰਦੇਸ਼ ਪੂਰੇ ਕਰ ਚੁੱਕੇ ਹੈ। ਪੰਜਾਬ ਹਮਾਰਾ 15ਵਾਂ ਪ੍ਰਦੇਸ਼ ਹੈ ਔਰ 180 ਜ਼ਿਲ੍ਹੇ ਅਭੀ ਤੱਕ ਹਮਾਰੇ ਤਿਆਰ ਹੈ ਔਰ ਅਬ ਪੰਜਾਬ ਕੇ 29 ਜ਼ਿਲ੍ਹੇ ਇਸਮੇ ਜਲਦੀ ਜੁੜਨੇ ਵਾਲੇ ਹੈ। ਅੱਛਾ, ਕਿਆ ਮੋਟਿਵ ਕਿਆ ਆਪਨੇ ਲੋਗੋਂ ਨੇ ਰੱਖਾ ਹੁਆ ਹੈ ਕਿ ਆਪ ਹਿੰਦੂ ਯੁਵਾ ਵਾਣੀ ਪੰਜਾਬ ਮੇ ਯੇ ਕਾਮ ਕਰੇਗੀ, ਕਿਉਂਕਿ ਯਹਾਂ ਪੇ ਜੋ ਹਿੰਦੂਓਂ ਕੀ ਦਸ਼ਾ ਆਪਕੋ ਮਾਲੂਮ ਹੈ? ਦੇਖੀਏ, ਹਿੰਦੂ ਯੁਵਾ ਵਾਹਿਨੀ ਇੱਕ ਉਹ ਨਾਮ ਹੈ। ਦੇਸ਼ ਮੇ ਅਗਰ ਕਹੀਂ ਹਿੰਦੂਓਂ ਪੇ ਅਤਿਆਚਾਰ ਹੋਤਾ ਤੋ ਹਿੰਦੂ ਯੁਵਾ ਵਾਹਿਨੀ ਸਭਸੇ ਪਹਿਲੇ ਖੜੀ ਹੋਤੀ ਹੈ ਔਰ ਲਵ ਜਿਹਾਦ ਕੇ ਖਿਲਾਫ, ਧਰਮਾਂਤਰਣ ਕੇ ਖਿਲਾਫ ਅਗਰ ਕੋਈ ਖੁੱਲ ਕੇ ਲੜਾ ਹੈ ਬਿਨਾਂ ਕਿਸੀ ਰਾਜਨੀਤਿਕ ਪਾਰਟੀ ਕੇ ਸਾਥ ਗਏ ਤੋ ਉਹ ਹਿੰਦੂ ਯੁਵਾ ਵਾਹਿਨੀ ਹੈ ਔਰ ਇਹ ਸਾਰੀ ਸਮੱਸਿਆ ਅੱਜ ਮੁਝੇ ਆਪਣੇ ਪੰਜਾਬ ਮੇ ਨਜ਼ਰ ਆ ਰਹੀ ਹੈ। ਪੰਜਾਬ ਅੱਜ ਧਰਮਾਂਤਰਣ ਕਾ ਸਭਸੇ ਬੜਾ ਸ਼ਿਕਾਰ ਹੈ। ਨਸ਼ੇ ਕੀ ਵਜ੍ਹਾ ਸੇ ਹਮਾਰੀ ਯੁਵਾ ਪੀੜ੍ਹੀ ਕਾ ਨਾਸ ਕਰਾ ਜਾ ਰਹਾ ਹੈ। ਧਰਮ ਔਰ ਇਸਕੇ ਇਲਾਵਾ ਹਮਾਰੇ ਮੰਦਿਰੋਂ ਕੇ ਉੱਪਰ ਵੀ ਲਗਭਗ ਸਰਕਾਰੋਂ ਕੇ ਕਬਜ਼ੇ ਹੈ। ਬੜੇ ਮੰਦਿਰੋਂ ਕੀ ਕਮਾਈ ਜਬ ਸਰਕਾਰੋਂ ਕੇ ਪਾਸ ਜਾ ਰਹੀ ਹੈ ਔਰ ਇੱਕ ਸਭਸੇ ਬੜੀ ਸਮੱਸਿਆ ਜੋ ਆਨੇ ਵਾਲੇ ਭਵਿਸ਼ਯ ਮੇ ਇਸ ਦੇਸ਼ ਕਾ ਨਾਸ ਕਰ ਸਕਤੀ ਹੈ ਵੋ ਹੈ ਅਵੈਧ ਘੁਸਪੈਠੀ ਹੈ ਜੋ ਬਾਂਗਲਾਦੇਸ਼ ਔਰ ਬਾਂਗਲਾਦੇਸ਼ੀ ਔਰ ਰੋਹਿੰਗੀ ਇਸ ਪ੍ਰਦੇਸ਼ ਮੇ ਆ ਰਹੇ ਹੈ ਔਰ ਪੈਸੇ ਦੇ ਕੇ ਸਰਕਾਰੋਂ ਕੇ ਮਾਧਿਅਮ ਸੇ ਜਾਂ ਆਪਣੇ ਕਿਸੀ ਵਜ੍ਹਾ ਸੇ ਵੋਟਰ ਬਣਾਨੇ ਕੇ ਚੱਕਰ ਮੇ ਉਨਕੋ ਆਧਾਰ ਕਾਰਡ ਬਣਾਏ ਜਾ ਰਹੇ ਹੈ ਔਰ ਹਮਾਰੀ ਡੈਮੋਗ੍ਰਾਫੀ ਕੋ ਚੇਂਜ ਕੀਆ ਜਾ ਰਹਾ ਹੈ। ਦੇਖਿਏ ਅਧਿਕਸ਼ ਸਾਹਿਬ, ਪੰਜਾਬ ਕੀ ਬਾਤ ਆ ਕਰ ਰਹੇ ਹੈ, ਪੰਜਾਬ ਮੇ ਈਸਾਈ ਧਰਮ ਔਰ ਧਰਮਾਂਤਰ ਜੋ ਹੋ ਰਹਾ ਹੈ ਬਹੁਤ ਤੇਜ਼ੀ ਸੇ ਪੈਰ ਫਸਾ ਚੁੱਕਾ ਹੈ, ਯਹਾਂ ਤੱਕ ਕਿ ਕਈ ਕਈ ਗਾਂਵ ਅਬ ਆਪਣਾ ਧਰਮ ਚੇਂਜ ਕਰ ਚੁੱਕੇ ਹੈ, ਉਸਕੇ ਲੀਏ? ਦੇਖਿਏ, ਹਿੰਦੂ ਯਾ ਵਾਹਿਨੀ, ਆਪਕੋ ਬਤਾ ਦੂੰ, ਘਰ ਵਾਪਸੀ ਕਰਵਾਨੇ ਮੇ ਹਿੰਦੂਓਂ ਕਾ ਸਭਸੇ ਬੜਾ ਸੰਗਠਨ ਹੈ। ਹਮ ਆਪਣੇ 19 ਉਨ ਸਭੀ ਭਾਈਓਂ ਕੋ ਜਿਨਕੋ ਇਨ੍ਹੋਂਨੇ ਕਨਵਰਟ ਕੀਆ, ਲਾਲਚ ਦੇ ਕੇ, ਡਰਾ ਕੇ, ਧਮਕਾ ਕੇ, ਉਨਕੋ ਸਮਝਾ ਕੇ ਵਾਪਸ ਆਪਣੇ ਧਰਮ ਮੇ ਲਾਏਂਗੇ ਔਰ ਆਗੇ ਧਰਮਾਂਤਰਣ ਰੋਕੇਂਗੇ। ਅਗਰ ਸਰਕਾਰੇ ਹਮਾਰੀ ਮਦਦ ਕਰਤੀ ਹੈ ਤੋ ਠੀਕ ਹੈ, ਅਨਯਥਾ ਹਮ ਇਤਨੇ ਮਜ਼ਬੂਤ ਔਰ ਇਤਨੇ ਤਿਆਰ ਹੈ, ਹਮਾਰਾ ਜੋ ਕਾਰਯਕਰਤਾ ਹੈ ਨਾ ਇਤਨਾ ਮਜ਼ਬੂਤ ਹੈ, ਉਹ ਆਪਣੇ ਦਮ ਪੇ ਰੋਕ ਸਕਤਾ ਹੈ। ਪੰਜਾਬ 15ਵਾਂ ਆਪਕਾ ਪ੍ਰਦੇਸ਼ ਹੈ ਜਹਾਂ ਹਿੰਦੂ ਯੁਵਾ ਵਾਹਿਨੀ ਕਾ ਆਹਵਾਨ ਹੋ ਗਿਆ ਹੈ, ਅਭੀ ਆਪਨੇ ਅਭੀ ਜੋ ਟੀਮ ਯਹਾਂ ਗਠਿਤ ਕੀ ਹੈ ਉਸਕੇ ਬਾਰੇ ਮੇਂ ਥੋੜਾ ਬਤਾ। ਦੇਖੀਏ, ਪੰਜਾਬ ਮੇਂ ਪੰਜਾਬ ਪ੍ਰਦੇਸ਼ ਅਧਿਕਸ਼ ਕੀ ਜ਼ਿੰਮੇਵਾਰੀ ਵਿਪਨ ਨਾਇਰ ਜੀ ਕੋ ਦੀ ਗਈ ਹੈ, ਪ੍ਰਦੇਸ਼ ਸੰਗਠਨ ਮਹਾਮੰਤਰੀ ਕੀ ਜ਼ਿੰਮੇਵਾਰੀ ਆਪਣੇ ਮਹਿੰਦਰਪਾਲ ਭਾਰਗਵ ਜੀ ਕੋ ਦੀ ਗਈ ਹੈ ਔਰ ਇਨਕਾ ਸਹਿਯੋਗ ਕਰਨੇ ਕੇ ਲੀਏ ਹਮਾਰੇ ਪ੍ਰਦੇਸ਼ ਪ੍ਰਭਾਰੀ ਗੌਤਮ ਗਿਰੀ ਜੀ ਪਹਿਲੇ ਸੇ ਯਹੀ ਹੈ ਔਰ ਪ੍ਰਦੇਸ਼ ਸੰਯੋਜਕ ਜਸਵਿੰਦਰ ਜੀ ਇਨਕੇ ਸਾਥ ਮੇਂ ਹੈ। ਆਪ ਬਤਾਏ ਸਰ ਕਿ ਪੰਜਾਬ ਕੀ ਆਪਕੋ ਜ਼ਿੰਮੇਵਾਰੀ ਦੀ ਗਈ ਹੈ, ਆਪ ਤੋਂ ਪੰਜਾਬੀ ਮੇਂ ਬਾਤ ਕਰ ਲੇਂਗੇ, ਬਿਲਕੁਲ ਜੀ, ਪੰਜਾਬ ਦੀ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਹਿੰਦੂ ਯੁਵਾ ਵਾਹਿਨੀ ਦੀ, ਇੱਕ ਜੋ ਟੀਚਾ ਧਰਮ ਪਰਿਵਰਤਨ ਦਾ ਹੈਗਾ ਉਹਨੂੰ ਲੈ ਕੇ ਪੰਜਾਬ 'ਚ ਦਾਖਲ ਹੋਏ ਨੇ, ਪੰਜਾਬ ਨੂੰ 15ਵਾਂ ਪ੍ਰਦੇਸ਼ ਆਪਣਾ ਨਿਯੁਕਤ ਕਰਦੇ ਪ੍ਰਦੇਸ਼ ਬਣਾਇਆ ਹੈ, ਤੁਹਾਨੂੰ ਤੁਹਾਡੀ ਨਿਯੁਕਤੀ ਹੋਈ ਹੈ, ਧਰਮ ਪਰਿਵਰਤਨ ਦੇ ਉੱਤੇ ਤੁਸੀਂ ਕੀ ਕਰੋਗੇ? ਪਹਿਲੇ ਤਾਂ ਬਹੁਤ ਧੰਨਵਾਦੀ ਹਾਂ ਸਾਡੀ ਰਾਸ਼ਟਰੀ ਟੀਮ ਦਾ, ਜਿਹਨਾਂ ਮੇਰੇ 'ਤੇ ਵਿਸ਼ਵਾਸ ਜਤਾਇਆ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਪੰਜਾਬ ਦੀਆਂ ਮੁਸ਼ਕਲਾਂ ਨੂੰ ਲੈ ਕੇ ਅਸੀਂ ਹੱਲ ਕਰ ਸਕਦੇ ਹਾਂ। ਪੰਜਾਬ ਦੀ ਸਾਰੀ ਟੀਮ ਨਵੇਂ ਪੱਧਰ ਤੋਂ ਤਿਆਰ ਕਰਨ ਜਾ ਰਹੇ ਹਾਂ। ਪੰਜਾਬ ਦੇ ਵਿੱਚ ਜਿਹੜਾ ਧਰਮਾਂਤਰ ਦਾ ਮੁੱਦਾ ਛਾਇਆ ਹੋਇਆ ਹੈ,
ਜਿਹੜੇ ਲੋਕਾਂ ਨੂੰ ਡਰਾ ਕੇ ਜ਼ਬਰਦਸਤੀ ਜਾਂ ਕਿਸੇ ਨਾ ਕਿਸੇ ਲਾਲਚ ਦੇ ਵਿੱਚ ਆ ਕੇ ਜਿਹੜੇ ਲੋਕਾਂ ਦਾ ਮਾਇੰਡ ਵਾਸ਼ ਕੀਤਾ ਜਾਂਦਾ ਹੈ, ਜੋ ਕੋਈ ਵੀਡੀਓ ਦਿਖਾਈਆਂ ਜਾਂਦੀਆਂ ਵਾ ਜਿਨ੍ਹਾਂ ਵੀਡੀਓ ਦੇ ਵਿੱਚ ਇਹ ਦਿਖਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਇੱਕ ਜਾਦੂ ਹੁੰਦਾ ਹੈ, ਜਾਦੂ ਨਾਲ ਕਿਸੇ ਦੀ ਲੱਤਾਂ ਠੀਕ ਹੋ ਗਈਆਂ, ਕੋਈ ਬਿਮਾਰੀ ਤੋਂ ਸਹੀ ਹੋ ਗਿਆ। ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਦੇ ਜਿੰਨੇ ਹਸਪਤਾਲ ਹੈ ਬੰਦ ਕਰ ਦੇਣੇ ਚਾਹੀਦੇ ਆ, ਪੰਜਾਬ ਦੇ ਜਿੰਨੇ ਡਾਕਟਰ ਆ ਜਿਨ੍ਹਾਂ ਐਡੇ ਵੱਡੀਆਂ ਡਿਗਰੀਆਂ ਲਈਆਂ, ਜਿਨ੍ਹਾਂ ਲੱਖਾਂ ਕਰੋੜਾਂ ਰੁਪਏ ਖਰਚ ਕੇ ਇਹ ਡਾਕਟਰ ਬਣਦੇ ਆ, ਉਹਨਾਂ ਨੂੰ ਆਪਣੀ ਜੋਬ ਛੱਡ ਕੇ ਉਹਨਾਂ ਦੇ ਕੋਲ ਜਾਣਾ ਚਾਹੀਦਾ ਅਤੇ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਕਿ ਜੇ ਤੁਸੀਂ ਕੈਂਸਰ ਵਰਗੀਆਂ ਬਿਮਾਰੀਆਂ ਜਾਂ ਦੂਜੇ ਠੀਕ ਕਰ ਸਕਦੇ ਹੋ ਤਾਂ ਸਾਡੀ ਕੋਈ ਜ਼ਰੂਰਤ ਨਹੀਂ ਆ। ਕਿਉਂਕਿ ਜੇ ਤੁਸੀਂ ਚਾਹੁੰਦੇ ਜੋ ਆਪਣੀ ਸਟੇਜ ਦੇ ਉੱਪਰ ਜਾ ਕੇ ਲੋਕਾਂ ਨੂੰ, ਮੈਂ ਤੁਹਾਡੇ ਨਾਲ ਕਲੀਅਰ ਗੱਲ ਕਰਨਾ ਚਾਹੁੰਦਾ ਕਿ ਬੇਵਕੂਫ ਬਣਾਇਆ ਜਾਂਦਾ ਹੈ, ਇਹ ਲੋਕਾਂ ਦੇ ਕਿਸੇ ਲੱਤਾਂ ਠੀਕ ਕਰਦੇ ਆ, ਕਿਸੇ ਦਾ ਕੈਂਸਰ ਠੀਕ ਕਰਦਾ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ, 10 ਲੱਖ ਰੁਪਇਆ ਇਨਾਮ ਕੈਸ਼ ਦੇਵਾਂਗਾ ਜੇ ਕੋਈ ਸਾਡੇ ਸਾਹਮਣੇ ਕਲੀਅਰ ਕਰ ਦੇ ਕਿ ਆਹ ਵੇਖੋ ਇਹ ਕੈਂਸਰ ਠੀਕ ਕਰਨ ਲੱਗੇ, ਜੋ ਇਹ ਲੱਤਾਂ ਦੀ ਬਿਮਾਰੀਆਂ ਸਹੀ ਹੋ ਗਈ ਜੇ ਕੁਝ ਹੋ ਗਿਆ। ਜੇ ਕੋਈ ਇਹ ਕਹਿੰਦਾ, ਮੈਂ ਤੁਹਾਡੇ ਕੈਮਰੇ ਸਾਹਮਣੇ ਕਲੀਅਰ ਕਰਨਾ ਚਾਹੁੰਦਾ, ਜੇ ਕੋਈ ਆਪਣੇ ਧਰਮ ਦੇ ਵਿੱਚ ਦੱਸਦਾ ਵਾ ਕਿ ਸਾਡੇ ਧਰਮ ਦੇ ਵਿੱਚ ਆਓ ਤੁਹਾਡਾ ਕੈਂਸਰ ਸਹੀ ਹੋਜੂ, ਤੁਹਾਡਾ ਇਲਾਜ ਹੋਜੂ, ਤੁਹਾਡਾ ਜੇ ਹੋਜੂ, ਸਾਰਿਆਂ ਦੇ ਸਾਹਮਣੇ ਇਹ ਕਲੀਅਰ ਕਰੋ ਅਤੇ ਅਸੀਂ ਹਸਪਤਾਲ ਬੰਦ ਕਰਕੇ ਅਸੀਂ ਖੁਦ ਤੁਹਾਡੇ ਧਰਮ 'ਚ ਸ਼ਾਮਿਲ ਹੋ ਜਾਵਾਂਗੇ ਜੇ ਚੀਜ਼ ਤੁਸੀਂ ਕਲੀਅਰ ਕਰ ਦਿਓਗੇ। ਕਦੀ ਵੀ ਕਿਸੇ ਧਰਮ ਦੇ ਵਿੱਚ ਕੋਈ ਜਾਦੂ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ, ਹਰ ਧਰਮ ਦੇ ਵਿੱਚ ਆਸਥਾ ਹੁੰਦੀ ਆ, ਭਗਵਾਨ ਦੇ ਵਿੱਚ ਆਪਾਂ ਆਸਥਾ ਰੱਖਦੇ ਹਾਂ, ਵਿਸ਼ਵਾਸ ਰੱਖਦੇ ਹਾਂ। ਉਹਦੇ ਨਾਲ ਕੀ ਹੁੰਦਾ ਵੀ ਜੋ ਸਾਡੇ ਸੰਕਟ ਆਉਂਦਾ ਹੈ ਉਹ ਸੰਕਟ ਕੁਝ ਘਟਦਾ ਹੈ। ਬਾਕੀ ਜਿੱਥੇ ਮੈਡੀਕਲ ਕੰਮ ਹੋਣਾ ਹੈ, ਜਿੱਥੇ ਡਾਕਟਰ ਦੀ ਟੀਮ ਕੰਮ ਹੋਣੀ ਆ, ਉਹ ਦਵਾਈ ਹੀ ਕੰਮ ਆ ਸਕਦੀ। ਜੋ ਭਗਵਾਨ 'ਤੇ ਸਾਡਾ ਵਿਸ਼ਵਾਸ ਇੱਕ ਅਲੱਗ ਮੁੱਦਾ ਹੈ ਅਤੇ ਜਿਹੜੀਆਂ ਬਿਮਾਰੀਆਂ ਇੱਕ ਅਲੱਗ ਮੁੱਦਾ ਹੈ। ਇਹਨਾਂ ਦੋਵੇਂ ਚੀਜ਼ਾਂ ਮਿਕਸ ਕਰਕੇ ਇਹਨੂੰ ਇੱਕ ਸਟੇਜ 'ਤੇ ਲੈਣ ਦਾ, ਜੋ ਸਾਡੇ ਦੇਸ਼ ਦੀ ਭੋਲੀ ਭਾਲੀ ਜਨਤਾ ਹੈ ਜਿਨ੍ਹਾਂ ਨੂੰ ਮੁਸ਼ਕਲਾਂ ਆਈਆਂ ਹੁੰਦੀਆਂ ਵਾ। ਇੱਕ ਵੀਡੀਓ ਜਿਸ ਤਰ੍ਹਾਂ ਇੱਕ ਪਹਿਲੇ ਕਲੀਅਰ ਵੀਡੀਓ ਨਾ ਵਾਇਰਲ ਹੋਈ ਸੀ, ਜਿਸ ਦੇ ਵਿੱਚ ਇਹ ਦੱਸਿਆ ਗਿਆ ਸੀ ਵੀ ਕਿਤਨਾ ਸਟੇਜ 'ਤੇ ਆਉਣਾ, ਜੋ ਕਿਵੇਂ ਤੁਸੀਂ ਡਿੱਗਣਾ, ਜੋ ਕੀ ਕਰਨਾ, ਜੋ ਪਰ ਭੋਲੀ ਭਾਲੀ ਜਨਤਾ ਫਿਰ ਵੀ ਮੂਰਖ ਬਣ ਜਾਂਦੀ ਆ। ਲੋਕਾਂ ਨੂੰ ਬਹੁਤ ਸਮਝਾਇਆ ਜਾਂਦਾ ਵਾ ਵੀ ਜੇ ਤੁਸੀਂ ਧਰਮ ਦੇ ਵਿੱਚ ਜਾਣਾ ਜੀ ਸਦਕੇ ਕੋਈ ਗੱਲ ਨਹੀਂ, ਕਿਉਂਕਿ ਜਿਹੜਾ ਭਾਰਤ ਦੇਸ਼ ਹੈ ਇੱਕ ਆਜ਼ਾਦ ਦੇਸ਼ ਆ, ਸਾਡੀ ਮਰਜ਼ੀ ਆ, ਅਸੀਂ ਜਿਹੜਾ ਮਰਜ਼ੀ ਧਰਮ ਮੰਨ ਸਕਦੇ ਹਾਂ, ਜਿਹੜਾ ਮਰਜ਼ੀ ਧਰਮ ਅਪਣਾ ਸਕਦੇ ਹਾਂ, ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ। ਪਰ ਕਿਸੇ ਨੂੰ ਲੋਭ ਦੇ ਕੇ, ਲਾਲਚ ਦੇ ਕੇ, ਮੂਰਖਤਾ ਦਿਖਾ ਕੇ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ ਉਹ ਗਲਤ ਗੱਲ ਹੈ ਜੀ। ਤੁਸੀਂ ਦੱਸਿਓ ਪ੍ਰਧਾਨ ਜੀ ਕਿ ਧਰਮ ਪਰਿਵਰਤਨ ਪੰਜਾਬ 'ਚ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ, ਪੈਰ ਪਸਾਰਦਾ ਜਾ ਰਿਹਾ, ਪਿੰਡਾਂ ਥਾਵਾਂ ਦੇ ਉੱਤੇ ਅਸੀਂ ਦੇਖ ਰਹੇ ਹਾਂ। ਤੁਸੀਂ ਤਾਂ ਕਾਫੀ ਦੇਰ ਤੋਂ ਹਿੰਦੂ ਜੀਵਾ ਵਾਹਨੀ ਦੇ ਰਾਸ਼ਟਰੀ ਪ੍ਰਧਾਨ ਲਏ ਹੋ। ਮੈਂ ਪਿਛਲੇ ਦਿਨੋਂ ਇੱਕ ਪਰਿਵਾਰ ਦੀ ਘਰ ਵਾਪਸੀ ਕਰਵਾਈ, ਜਿਹੜਾ ਕੁਛ 6 ਸਾਲ ਪਹਿਲਾਂ ਇਹਨਾਂ ਦੇ ਲੋਭ ਲਾਲਚ ਦੇ ਵਿੱਚ ਆ ਕੇ ਉਹ ਪਰਿਵਾਰ ਕ੍ਰਿਸਚਨ ਬਣ ਚੁੱਕਾ ਸੀਗਾ। ਉਹ ਜਦੋਂ ਮੇਰੇ ਕੋਲ ਪਹੁੰਚੇ, ਉਹਨਾਂ ਨਾਲ ਗੱਲਬਾਤ ਕੀਤੀ ਗਈ, ਉਹਨਾਂ ਦੇ ਦੁੱਖ ਦਰਦ ਸੁਣੇ ਗਏ, ਉਹਨਾਂ ਦੇ ਦੁੱਖ ਦਰਦਾਂ ਨੂੰ ਸੁਣ ਕੇ ਪਤਾ ਲੱਗਿਆ ਕਿ ਲੋਕ ਕਿੱਦਾਂ ਇਹਨਾਂ ਦੇ ਜਾਲ ਦੇ ਵਿੱਚ ਫਸਦੇ ਆ। ਔਰ ਜਦੋਂ ਉਸ ਜਾਲ ਦਾ ਪਰਦਾ ਪਰੇ ਹੁੰਦਾ ਵਾ, ਫਿਰ ਲੋਕ ਵਾਪਸ ਸਾਨੂੰ ਤਰਸਦੇ ਆ। ਉਹ ਮੇਰੇ ਕੋਲ ਪਰਿਵਾਰ ਪਹੁੰਚਿਆ, ਉਹਨਾਂ ਨੇ ਜਦੋਂ ਦੁੱਖ ਦਰਦ ਸੁਣਾਇਆ ਆਪਣਾ, ਅਸੀਂ ਉਹਨਾਂ ਦੀ ਉਹ ਦੇਖਦੇ ਹੋਏ ਜੋ ਸਾਡੇ ਕੋਲ ਹੈਲਪ ਬਣਦੀ ਸੀ ਅਸੀਂ ਕੀਤੀ, ਉਹਨਾਂ ਨੂੰ ਵਾਪਸ ਲੈ ਕੇ ਆਉਂਦਾ। ਮੈਂ ਇੱਕ ਚੀਜ਼ ਇੱਥੇ ਤੁਹਾਡੇ ਮਾਧਿਅਮ ਨਾਲ ਪੁੱਛਣਾ ਚਾਹੁੰਦਾ ਵਾਂ, ਜੇ ਬਿਪਨ ਜੀ ਦੀ ਗੱਲ, ਬਿਪਨ ਜੀ ਕਹਿ ਕੇ ਕਿ ਇਹ ਸਟੇਜ ਦੇ ਉੱਤੇ ਦਿਖਾਉਂਦੇ ਆ ਕਿਸੇ ਦੀਆਂ ਲੱਤਾਂ ਠੀਕ ਹੋ ਗਈਆਂ, ਕਿਸੇ ਦਾ ਕੈਂਸਰ ਠੀਕ ਹੋ ਗਿਆ, ਇਹਨਾਂ ਦੇ ਜਿਹੜੇ ਮਿਸ਼ਨ ਦੇ ਹੈੱਡ ਆ, ਸ਼ਾਇਦ ਆਪਣੇ 'ਚੋਂ ਕਈ ਭਰਾਵਾਂ ਨੇ ਦੇਖਿਆ ਹੋਵੇ, ਉਹ ਵੀਲਚੇਅਰ 'ਤੇ ਆਉਂਦੇ ਆ, ਉਹਨਾਂ ਦੀਆਂ ਲੱਤਾਂ ਕਿਉਂ ਨਹੀਂ ਠੀਕ ਕੀਤੀਆਂ ਜਾਂਦੀਆਂ, ਉਹਨਾਂ ਵਾਰੀ ਇਹਨਾਂ ਦਾ ਮਿਸ਼ਨ ਕਿੱਥੇ ਜਾਂਦਾ, ਉਹਨਾਂ ਵਾਰੀ ਇਹਨਾਂ ਦੀ ਪ੍ਰੇਅਰ ਕਿੱਥੇ ਜਾਂਦੀ ਆ। ਇਹ ਲੋਕਾਂ ਨੂੰ ਕਨਵਰਟ ਕਰਨ ਵਾਸਤੇ ਇਹਨਾਂ ਦੀ ਪ੍ਰੇਅਰ ਕਿਉਂ ਕੰਮ ਆ ਰਹੀ ਹੈ?
ਜਦਕਿ ਇਹਨਾਂ ਦੇ ਮਿਸ਼ਨ ਦੇ ਮੇਨ ਹੈੱਡ ਵੀਲ ਚੇਅਰ 'ਤੇ ਆ ਰਹੇ ਆ, ਸਟੇਜ ਦੇ ਉੱਤੇ ਆ ਰਹੇ ਆ, ਉਹਨਾਂ ਨੂੰ ਠੀਕ ਕਰਕੇ ਦਿਖਾਉਣਾ। ਸਭ ਤੋਂ ਪਹਿਲਾ ਕੁਐਸਚਨ ਇੱਥੇ ਆ ਜੀ, ਕਾਰਨ ਕੀ ਸਮਝਦੇ ਹੋ ਕਿ ਵੀ ਕਿਉਂ ਅਸੀਂ ਲੋਕ ਆਪਣਾ ਧਰਮ ਛੱਡੀ ਜਾ ਰਹੇ ਹਾਂ? ਦੇਖੋ, ਧਰਮ ਛੱਡਣ ਦਾ ਕਾਰਨ ਇਹ ਆ, ਇਹਨਾਂ ਨੇ ਜਿਹੜੀ ਸਟਾਰਟਿੰਗ ਕੀਤੀ ਬਾਰਡਰ ਏਰੀਆ 'ਚੋਂ ਕੀਤੀ, ਔਰ ਤੁਸੀਂ ਖੁਦ ਬਾਰਡਰ ਏਰੀਆ ਦੇ ਨਾਲ ਦੇ ਹਿੱਸਿਆਂ ਦੇ ਰਹਿਣ ਵਾਲੇ ਹੋ, ਤੁਹਾਨੂੰ ਪਤਾ ਬਾਰਡਰ ਏਰੀਆ ਦੇ ਵਿੱਚ ਗਰੀਬ ਤਬਕੇ ਦਾ ਕੀ ਹਾਲ ਹੈ, ਤੋ ਉੱਥੇ ਦੀਆਂ ਮਜਬੂਰੀਆਂ ਤੁਹਾਨੂੰ ਪਤਾ ਵਾ। ਇਹਨਾਂ ਨੇ ਕੁਛ ਲਾਲਚ, ਲੋਭ ਲਾਲਚ, ਉਹਦੇ ਬਾਰੇ ਜ਼ਿਆਦਾ ਡਿਟੇਲ ਨਾ ਦੱਸਣ ਦੀ ਲੋੜ ਨਹੀਂ, ਤੁਸੀਂ ਸਾਰੇ ਭਲੀ ਬਾਤੀ ਹੋ। ਹਾਂਜੀ, ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਤੁਸੀਂ ਪੰਜਾਬ ਦੇ ਮਹਿੰਦਰਪਾਲ ਜੀ, ਤੁਹਾਨੂੰ ਇੱਥੇ ਜ਼ਿੰਮੇਵਾਰੀ ਦਿੱਤੀ ਗਈ ਹੈ, ਤੁਸੀਂ ਇਹਨੂੰ ਨਿਭਾਉਣਾ ਹੈ। ਤੁਸੀਂ ਇਹ ਮੁੱਦੇ ਜਿਹੜੇ ਅਸੀਂ ਉਠਾ ਰਹੇ ਹਾਂ ਉਹਨਾਂ ਬਾਰੇ ਵਿੱਚ? ਦੇਖੋ ਜੀ, ਅਸੀਂ ਪੂਰੀ ਟੀਮ ਮਿਲ ਕਰਕੇ ਜੋ ਜੋ ਮੁੱਦੇ ਪੰਜਾਬ ਮੇ ਹੈ ਔਰ ਹਮਾਰੀ ਰਾਸ਼ਟਰੀ ਟੀਮ ਹਮੇ ਇਜਾਜ਼ਤ ਦੇ ਕੇ ਗਈ ਹੈ, ਤੋ ਹਮ ਪੂਰਾ ਕਰੇਂਗੇ। ਸਰ, ਆਪ ਬਤਾਏ ਕਿ ਇਹ ਇਸਕਾ ਕਾਰਨ ਕਿਆ ਸਮਝਤੇ ਹੈ, ਜੋ ਹਮ ਲੋਕ ਆਪਣੇ ਧਰਮ ਕੋ ਛੋੜ ਕੇ ਦੂਸਰੇ ਕੋ ਅਡਾਪਟ ਕਰ ਰਹੇ ਹਾਂ, ਹਮੇ ਲਾਲਚ ਕੌਨ ਸਾ ਦਿਆ ਜਾ ਰਿਹਾ, ਕਿਸ ਲਾਲਚ ਕੀ ਵਜ੍ਹਾ ਸੇ ਹਮ ਲੋਕ ਉਸਕੋ ਬਿਨਾ ਝਿਜਕ ਬਦਲ ਰਹੇ ਹਾਂ? ਮੂਲ ਬਾਤ ਅਗਰ ਮੈਂ ਆਪਸੇ ਕਹੂੰ ਬਿਨਾ ਕਿਸੀ ਦਾਇ ਬਾਇ ਕੀ ਬਾਤ ਕਹੇ, ਹਮ ਹਿੰਦੂ ਹਮ ਸਨਾਤੀਓ ਸਨਾਤਨੀਓ ਕੇ ਪ੍ਰਮਾਦ ਕਾ ਯੇ ਕਾਰਨ ਹੈ, ਹਮਾਰੇ ਆਲਸ ਕਾ ਯੇ ਕਾਰਨ ਹੈ ਕਿ ਹਮਾਰੇ ਲੋਕ ਹਮਸੇ ਕਿਨ੍ਹੀਂ ਕਾਰਨੋਂ ਸੇ, ਆਰਥਿਕ ਅਭਾਵ ਵੀ ਹੋ ਸਕਤਾ ਹੈ, ਹਮਾਰੇ ਬੀਚ ਕੀ ਦੂਰੀ ਵੀ ਹੋ ਸਕਤੀ, ਇਸ ਕਾਰਨ ਸੇ ਕਹੀਂ ਨਾ ਕਹੀਂ ਉਨਕੋ ਦੂਸਰੇ ਧਰਮ ਕੇ ਲੋਕੋ ਕੋਈ ਅਵਸਰ ਮਿਲਾ ਹੈ ਕਿ ਵੋ ਉਨ੍ਹੇ ਬਹਿਲਾ ਫੁਸਲਾ ਸਕੇਂ, ਚੂੰਕਿ ਵੋ ਧਾਰਮਿਕ ਰੂਪ ਸੇ ਵੀ ਮਾਨਸਿਕ ਰੂਪ ਸੇ ਵੀ ਉਤਨੇ ਸਮਰਥ ਨਹੀਂ ਹੈ ਕਿ ਵੋ ਚੀਜ਼ੋਂ ਕੋ ਠੀਕ ਠੀਕ ਸਮਝ ਸਕੇਂ, ਤੋ ਯੇ ਹਮਾਰੇ ਪ੍ਰਮਾਦ ਕਾ ਹੀ ਪਰਿਣਾਮ ਹੈ ਜੋ ਹਮਾਰੇ ਹੀ ਸਾਹਮਣੇ ਹੈ। ਹਮਾਰੇ ਹੀ ਬੰਧੂ ਜਬ ਕੋਈ ਦੂਸਰੇ ਧਰਮ ਮੇਂ ਜਾਤਾ ਹੈ ਤੋ ਕੇਵਲ ਧਰਮਾਂਤਰਣ ਨਹੀਂ ਹੋਤਾ, ਹਮਾਰੇ ਸਮਾਜ ਕਾ ਹਿੰਦੂ ਸਮਾਜ ਕਾ ਇੱਕ ਸ਼ਤਰੂ ਖੜਾ ਹੋਤਾ ਹੈ, ਤੋ ਵੋ ਕੇਵਲ ਧਰਮਾਂਤਰਣ ਨਹੀਂ ਹੈ। ਔਰ ਹਿੰਦੂ ਵਾਹਿਨੀ ਇਸੀ ਕਾਮ ਮੇਂ ਲਗੀ ਹੈ ਕਿ ਵੋ ਹਮਾਰੇ ਬੰਧੂ ਹੈ, ਹਮਾਰੇ ਸਹੋਦਰ ਹੈ, ਜੋ ਵੀ ਗਲਤੀਆਂ ਰਹੀ ਹੋਗੀ ਪੂਰ ਕਾਲ ਮੇਂ ਉਨਕੋ ਠੀਕ ਕਰੇਂਗੇ ਔਰ ਵਾਪਸ ਕਰੇਂਗੇ। ਆਪ ਯੇ ਨਹੀਂ ਸਮਝਤੇ ਕਿ ਯਹਾਂ ਇੱਕ ਟੀਚਰ ਕੀ ਜ਼ਰੂਰਤ ਹੈ ਜੋ ਯੇ ਇਨ ਚੀਜ਼ੋਂ ਕੋ ਹਿੰਦੂ ਹਿੰਦੂ ਕੀ ਤਰਫ ਕੋਈ ਵੋ ਉਨਕੋ ਬਿਠਾ ਕੇ ਸਮਝਾਏ ਔਰ ਆਗੇ ਆ ਕੇ ਉਨਕੋ ਸਮਝਾਏ ਕਿ ਵੋ ਦੂਸਰੀ ਤਰਫ ਨਾ ਜਾ ਸਕੇ, ਉਨਕੋ ਪਤਾ ਚੱਲੇ ਕਿ ਵੀ ਕਿਆ ਹੋ ਰਹਾ ਹੈ, ਉਨਕੋ ਜੈਸੇ ਆਪ ਦੇਖਤੇ ਵੀਡੀਓ ਮੇਂ ਹਮ ਲੋਗੋਂ ਨੇ ਦੇਖਾ, ਵੋ ਕੁਛ ਅਲਗ ਤਰੀਕੇ ਸੇ ਬਤਾਤੇ ਹੈਂ, ਯਹਾਂ ਨਹੀਂ ਕੋਈ ਆਪਕੋ ਲਗਤਾ ਹੈ ਕਿ ਕੋਈ ਐਸਾ ਟੀਚਰ ਹੋਣਾ ਚਾਹੀਏ? ਬਿਲਕੁਲ ਲਗਤਾ ਹੈ, ਔਰ ਹਮਨੇ ਯਹਾਂ ਆਪਕੇ ਆਨੇ ਸੇ ਪਹਿਲੇ, ਹਮ ਕੱਲ ਸੇ ਯਹਾਂ ਹੈ, ਕੱਲ ਸੁਬਹ ਹਮ ਯਹਾਂ ਆ ਗਏ ਥੇ, ਹਮਨੇ ਸਭ ਚੀਜ਼ੋਂ ਕਾ ਐਨਾਲਿਸਿਸ ਕੀਆ, ਔਰ ਕੱਲ ਐਸਾ ਮਾਨ ਕਰ ਚਲੀਏ ਕਿ ਲਗਭਗ 7-8 ਜ਼ਿਲ੍ਹੋਂ ਕੇ ਪ੍ਰਮੁੱਖ ਲੋਕ ਇੱਕ ਸਥਾਨ ਪਰ ਬੁਲਾਏ ਥੇ, ਉਨਕੇ ਸਾਥ ਇਨ ਵਿਸ਼ੋ ਪਰ ਗਹਿਨ ਚਿੰਤਨਾ, ਚੂੰਕਿ ਹਮਾਰਾ ਸੁਭਾਅ ਖਾਲੀ ਮੀਡੀਆ ਮੇਂ ਬੋਲ ਦੋ ਯਾ ਹਵਾਬਾਜੀ ਕਰਨੇ ਕਾ ਨਹੀਂ, ਧਰਾਤਲ ਪਰ ਕਾਮ ਹੋ, ਇਸਕੀ ਹਮਾਰੀ ਤਿਆਰੀ, ਆਪਕੇ ਸਾਹਮਣੇ ਆਨੇ ਸੇ ਪਹਿਲੇ ਇਸਕੀ ਹਮ ਮੀਟਿੰਗ ਕਰ ਚੁਕੇ ਹੈਂ, ਔਰ ਕਈ ਜ਼ਿਲ੍ਹੋਂ ਮੇਂ ਹਮਨੇ ਐਸੇ ਕੁਛ ਬਿੰਦੂ ਪੁਆਇੰਟ ਤੈਅ ਕੀਏ ਹੈ ਜਹਾਂ ਯੇ ਧਰਮਾਂਤਰਣ ਕੀ ਸਮੱਸਿਆ ਜ਼ਿਆਦਾ ਹੈ ਔਰ ਅਭੀ ਔਰ ਹੋ ਸਕਤੀ ਹੈ, ਉਨ ਸਥਾਨੋਂ ਪਰ ਕੁਛ ਲੋਗੋ ਕੇ ਨਾਮ ਤੈਅ ਕੀਏ ਹੈ, ਸੂਚੀ ਬਣਾਈ ਹੈ, ਵੋ ਉਨ ਸਥਾਨੋਂ ਪਰ ਜਾਕਰ, ਬਲਕਿ ਵਹਾਂ ਜੋ ਕੁਛ ਐਸੇ ਪਰਿਵਾਰ ਹੈ ਜਿਨਕੇ ਬੱਚੇ ਸਕੂਲ ਮੇਂ ਨਹੀਂ ਜਾਤੇ, ਪੜ੍ਹ ਨਹੀਂ ਪਾ ਰਹੇ ਹੈ, ਤੋ ਉਨਕੇ ਲੀਏ ਹਮਾਰੇ ਹੀ ਕੁਛ ਲੋਗ ਵਹਾਂ ਜਾਏਂ, ਘੰਟੇ ਦੋ ਘੰਟਾ ਵਹਾਂ ਰਹੇਂਗੇ, ਬੱਚੋਂ ਕੇ ਸਾਥ ਕੁਛ ਪੜ੍ਹਾਏਂਗੇ, ਕੁਛ ਧਾਰਮਿਕ, ਕੁਛ ਆਧਿਆਤਮਿਕ, ਕੁਛ ਵਰਤਮਾਨ ਸਮੇਂ ਕੀ ਜੋ ਪੜ੍ਹਾਈ ਹੈ ਵੋ ਉਨ ਸਭ ਕਾ ਦੋ ਤਿੰਨ ਘੰਟੇ ਮੇਂ ਸੰਸਕਾਰ ਸ਼ਾਲਾ ਕੇ ਰੂਪ ਮੇਂ ਉਸਕੋ ਹਮ ਜਲਦੀ ਹੀ 4-5 ਜ਼ਿਲ੍ਹੋ ਮੇਂ ਤੋ ਯੇ ਅਗਲੇ 1 ਮਹੀਨੇ ਕੇ ਅੰਦਰ ਸ਼ੁਰੂ ਕਰਨੇ ਵਾਲੇ, ਔਰ ਯੇ ਹਰ ਜ਼ਿਲ੍ਹੇ ਮੇਂ, ਜੈਸਾ ਆਪਨੇ ਕਹਾ ਨਾ ਕੋਈ ਟੀਚਰ, ਐਸੇ ਲੋਗੋ ਕੀ ਲਿਸਟ ਵੀ ਬਣ ਗਈ ਹੈ, ਕਾਮ ਹੋਗਾ, ਅਗਲੀ ਵਾਰ ਜਬ ਹਮ ਆਏਂਗੇ ਤੋ ਹੋ ਸਕਤਾ ਹੈ ਕਿ ਆਪਕੋ ਇੱਕ PC ਕਰੇ, ਐਸੇ ਲੋਗੋ ਸੇ ਆਪਕੋ ਮਿਲਵਾਏ ਜੋ ਇਸ ਕਾਮ ਕੋ ਸਿੱਧੇ ਸਿੱਧੇ ਕਰ ਰਹੇ ਹੈ। ਮੈਂ ਇੱਕ ਵੀਡੀਓ ਤੁਹਾਡੇ ਸਾਹਮਣੇ ਸ਼ੇਅਰ ਕਰਨਾ ਚਾਹੁੰਦਾ ਜੋ ਜਿਸ 'ਚ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਬਾਰੇ ਦੇਖੋ ਕਿਹੜੇ ਸ਼ਬਦ ਬੋਲੇ ਜਾਂਦੇ ਆ। ਕਲੀਅਰ, ਇੱਕ ਤੁਹਾਡੇ ਤੋਂ ਮੈਂ ਤੁਹਾਡੀ ਹੈਲਪ ਲੈਣਾ ਚਾਹੁੰਦਾ, ਸ਼ਾਇਦ ਕੁਛ ਦਿਨ ਪਹਿਲਾਂ ਇੱਥੇ ਇੱਕ
ਧਰਮ ਵਿਸ਼ੇਸ਼ ਦੇ ਖਿਲਾਫ ਉਹਦਾ ਉਹਨਾਂ ਦਾ ਇੱਕ ਬਹੁਤ ਵੱਡਾ ਸੀਗਾ, ਇੱਥੇ ਹੀ ਪ੍ਰੈਸ ਵਾਰਤਾ ਹੋਈ ਸੀ, ਸ਼ਾਇਦ ਤੁਸੀਂ ਉਸ ਪ੍ਰੈਸ ਵਾਰਤਾ ਦੇ ਵਿੱਚ ਲੇਡੀਜ਼ ਦੀ ਇੰਟਰਵਿਊ ਵਗੈਰਾ ਕੀਤੀ ਹੋਵੇ, ਅਤੇ ਉਹਦੇ ਬਾਰੇ ਕੁਛ ਕਿ ਉਸ ਬਾਰੇ ਕੁਛ ਬਣਿਆ ਉਸ ਤੋਂ ਬਾਅਦ ਕਿਉਂ ਨਹੀਂ ਬਣਿਆ? ਕਿਉਂਕਿ ਇਹਨਾਂ ਇਹਨਾਂ ਚੀਜ਼ਾਂ ਨੂੰ ਵੀ ਇਹ ਸਰਕਾਰਾਂ ਦਾ ਹੱਥ ਹੈ ਪੂਰਾ, ਸਰਕਾਰਾਂ ਇਹਨਾਂ ਨੂੰ ਯੋਗਦਾਨ ਦੇ ਰਹੀਆਂ ਵਾ, ਅਤੇ ਅਸੀਂ ਇਸ ਮੰਚ ਦੇ ਮਾਧਿਅਮ ਰਾਹੀਂ ਉਹ ਸਰਕਾਰਾਂ ਨੂੰ ਵੀ ਜਿਹੜੇ ਇਹਨਾਂ ਦੇ ਨਾਲ ਚੱਲ ਰਹੇ ਆ ਕਿ ਇਕੱਲੀ ਤੁਹਾਨੂੰ ਉਸ ਸਮੁਦਾਇ ਦੀ ਵੋਟ ਨਹੀਂ ਮਿਲ ਰਹੀ, ਇਹ ਤੁਹਾਡੇ ਵੋਟ ਬੈਂਕ ਦੇ ਵਿੱਚ ਇੱਕ ਹਿੰਦੂ ਸਮੁਦਾਇ ਦਾ ਬਹੁਤ ਵੱਡਾ ਹੱਥ ਹੈ, ਔਰ ਜੇ ਤੁਸੀਂ ਇਹੀ ਰਵੱਈਆ ਰੱਖਿਆ ਹਿੰਦੂ ਸਮੁਦਾਇ ਦੇ ਵਾਸਤੇ ਅਤੇ ਆਉਣ ਵਾਲੇ ਟਾਈਮ 'ਤੇ ਤੁਹਾਨੂੰ ਬਹੁਤ ਵੱਡੀ, ਜੋ ਬਾਕੀਆਂ ਸਰਕਾਰਾਂ ਦਾ ਹਾਲ ਹੋਇਆ ਅੱਜ ਦੇ ਟਾਈਮ 'ਤੇ ਉਹ ਕਿੱਥੇ ਨੇ ਕਿਤੇ ਨਜ਼ਰ ਨਹੀਂ ਆ ਰਹੀਆਂ, ਉਹੀ ਹਾਲ ਦੁਬਾਰਾ ਫੇਰ ਹੋਊਗਾ ਪੰਜਾਬ ਦੇ ਵਿੱਚ, ਇੱਥੇ ਬੰਗਲਾਦੇਸ਼ ਨਹੀਂ ਬਣਨ ਦਿੱਤਾ ਜਾਵੇਗਾ। ਸੋ ਹਿੰਦੂ ਯੁਵਾ ਵਾਹਿਨੀ ਵੱਲੋਂ ਅੱਜ ਜਿਹੜੀ ਅੰਮ੍ਰਿਤਸਰ ਪ੍ਰੈਸ ਕਲੱਬ ਦੇ ਵਿੱਚ ਆਏ ਸੀਗੇ, ਨਵੇਂ ਨਵੇਂ ਆਪਣੇ ਪੰਜਾਬ ਦੇ ਅਹੁਦੇਦਾਰ ਜਿਹੜੇ ਨੇ ਉਹ ਨਿਯੁਕਤ ਕੀਤੇ ਗਏ ਨੇ, ਰਾਸ਼ਟਰੀ ਅਧਿਅਕਸ਼ ਇੱਥੇ ਪਹੁੰਚੇ ਸਨ, ਉਹਨਾਂ ਦੀ ਟੀਮ ਇੱਥੇ ਪਹੁੰਚੀ ਸੀਗੀ, ਔਰ ਰਾਸ਼ਟਰੀ ਅਧਿਅਕਸ਼ ਨੇ ਪੰਜਾਬ ਦੇ ਅਧਿਅਕਸ਼ ਨੂੰ ਇੱਥੇ ਅਪਾਇੰਟਮੈਂਟ ਲੈਟਰ ਦਿੱਤੀ ਹੈ, ਔਰ ਮੇਨ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦਾ ਹੈ ਉਸਨੂੰ ਖਤਮ ਕਰਨਾ ਹੈ, ਉਸਨੂੰ ਰੋਕਣਾ ਹੈ। ਇਸ ਬਾਰੇ ਹਿੰਦੂ ਯੁਵਾ ਵਾਹਿਨੀ ਦੇ ਸਾਰੇ ਸਦੱਸਯ ਪੂਰੀ ਤਰ੍ਹਾਂ ਤਤਪਰਤਾ ਦੇ ਨਾਲ ਕਾਰਜ ਕਰਨਗੇ ਔਰ ਕੰਮ ਕਰਨਗੇ ਔਰ ਇਸ ਕੰਮ ਨੂੰ ਰੋਕਣਗੇ, ਔਰ ਜਿਹੜੇ ਬੱਚੇ ਅਨਪੜ੍ਹ ਨੇ, ਜਿਹੜੇ ਬੱਚਿਆਂ ਨੂੰ ਪੜ੍ਹਾਈ ਨਹੀਂ ਹੋ ਰਹੀ ਹੈ, ਉਹਨਾਂ ਨੂੰ ਵੀ ਪਿੰਡ ਪਿੰਡ ਜਾ ਕੇ ਉਹਨਾਂ ਨੂੰ ਵੀ ਸਮੇਂ ਸਮੇਂ ਸਿਰ ਪੜ੍ਹਾਈ ਵੀ ਕਰਵਾਉਣਗੇ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।